ഒന്നേ. ഔസു ബില്ലാഹി മിൻ ശൈത്താനിർ റജീം. ബിസ്മില്ലാഹിർ റഹ്മാനിർ റഹീം. ਮੈਂ ਇਸ ਖੂਬਸੂਰਤ ਇਕੱਠ ਵਿੱਚ ਮੌਜੂਦ ਸਾਰੇ ਪੰਜਾਬੀ ਪਿਆਰਿਆਂ ਨੂੰ ਆਪਣੇ ਵੱਲੋਂ ਢੇਰਾਂ ਸਲਾਮ ਪੇਸ਼ ਕਰਨਾ, ਖਸੂਸਨ ਡਾਕਟਰ ਇਜ਼ਹਾਰ ਅਹਿਮਦ ਗੁਰਦਾਰ ਸਾਹਿਬ ਨੇ ਜਿਵੇਂ ਤਾਰਫੀ ਕਲਮਾਤ ਅਦਾ ਕੀਤੇ ਨੇ, ਬਹੁਤ ਵਡਿਆ ਦਿੱਤਾ, ਮੈਂ ਇਸ ਕਾਬਲ ਨਹੀਂ. ਇਹ ਸਾਰੀ ਉਸ ਮੌਲਾ ਦੀ ਦੇਣ ਹੈ ਜਾਂ ਉਸਦੇ ਪਿਆਰੇ ਨਬੀ ਦੀਆਂ ਰਹਿਮਤਾਂ ਬਰਕਤਾਂ ਸਾਡੇ ਉੱਤੇ ਨੇ, ਜਿਨ੍ਹਾਂ ਦਾ ਹਰ ਪਲ ਅਸੀਂ ਜ਼ਿਕਰ ਜਿਹੜਾ ਹਰ ਮਹਿਫਲ ਵਿੱਚ ਕਰਨੇ ਹਾਂ. ਇੱਥੇ ਤਲਾਵਤ ਵੀ ਸੁਣੀ, ਅਸੀਂ ਨਾਤਾਂ ਵੀ ਸੁਣੀਆਂ ਨੇ, ਮਾਸ਼ਾਅੱਲਾ ਸਾਰੇ ਹੀ ਬੜੇ ਸੋਹਣੇ ਕੰਮ ਹੋਏ ਨੇ. ਤੇ ਜਿਵੇਂ ਡਾਕਟਰ ਸਾਹਿਬ ਤੁਸੀਂ ਮੇਰੇ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਮੈਂ ਆਪਣਾ ਜ਼ਿਕਰ ਕਰਨਾ, ਕਿਉਂਕਿ ਮੈਂ ਜ਼ਾਤੀ ਸ਼ਖਸੀਅਤ ਦੀ ਕਹਿ ਲਓ ਕਿ ਉਸ ਤਰ੍ਹਾਂ ਕੋਈ ਨੁਮਾਇਆ ਕਰਨ ਦੇ ਹਵਾਲੇ ਨਾਲ ਗੱਲ ਕਰਨ ਦਾ ਕਾਇਲ ਨਹੀਂ. ਇਹ ਅੱਲਾਹ ਤਾਲਾ ਦਾ ਫਰਜ਼, ਇੱਕ ਕਹਿ ਲਓ ਕਿ ਮਿਹਰਬਾਨੀ ਸੀ, ਉਹਦਾ ਕਰਮ ਸੀ ਕਿ ਮੈਨੂੰ ਆਪਣੀ ਮੁੱਢਲੇ ਦਿਨਾਂ ਵਿੱਚ ਹੀ, ਯਾਨੀ ਬਹੁਤ ਛੋਟੀ ਉਮਰ ਵਿੱਚ ਹੀ, ਇੱਕ ਅਜਿਹਾ ਮਾਹੌਲ ਐਸਾ ਮਿਲਿਆ. ਜ਼ਿਆਬਾਦ ਦੇ ਨੇੜੇ ਸਾਡਾ ਪਿੰਡ ਚੱਕ ਸਤੀਆ, ਮੇਰੇ ਨਾਨਾ ਜੀ ਚੌਧਰੀ ਜਲਾਲਦੀਨ, ਮੌਲਾਨਾ ਜ਼ਫਰ ਅਲੀ ਖਾਂ, ਜਿਹੜੇ ਬਹੁਤ ਵੱਡੇ ਪਾਕਿਸਤਾਨ ਤਹਿਰੀਕ ਕਹਿ ਲਓ ਜਾਂ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਜਿਹੜੀ ਮੂਵਮੈਂਟ ਸੀ ਉਸ 'ਤੇ ਉਹ ਬਹੁਤ ਵੱਡੇ ਰਹਿਨੁਮਾ ਵੀ ਸਨ, ਉਹਨਾਂ ਦੇ ਬੜੇ ਕਰੀਬੀ ਦੋਸਤ ਵੀ ਸਨ. ਬਿਲਕੁਲ ਨਾਲ ਸਾਡੇ ਉਹ ਪਿੰਡ ਨੇ ਵਜ਼ੀਰਾਬਾਦ ਔਰ ਕਰਮਾਬਾਦ. ਇੱਥੋਂ ਉਹ ਪੜ੍ਹਨ ਪੜ੍ਹਾਉਣ ਦਾ ਇੱਕ ਸਿਲਸਿਲਾ ਇਸ ਘਰ ਵਿੱਚ ਆਇਆ, ਕਿਉਂਕਿ ਇਹ ਜਿਹੜਾ ਮਾਹੌਲ ਮੈਂ ਦੇਖਿਆ ਬਚਪਨ ਵਿੱਚ, ਉਹਦੇ ਵਿੱਚ ਮੈਂ ਸਾਰੀਆਂ ਜਿਹੜੀਆਂ ਪੰਜਾਬੀ ਦੀਆਂ ਉਸ ਵੇਲੇ ਦੀਆਂ ਕਿਤਾਬਾਂ, ਔਰ ਅੱਜ ਵੀ ਉਹ ਕਿਸੇ ਕਹਾਣੀਆਂ ਮਸ਼ਹੂਰ ਨੇ, ਭਾਵੇਂ ਉਹ ਹੀਰ ਬਾਦਸ਼ਾਹ ਹੋਵੇ, ਭਾਵੇਂ ਉਹ ਸੈਫਲ ਮਲੂਕ ਹੋਵੇ, ਭਾਵੇਂ ਉਹ ਕਿੱਸਾ ਯੂਸਫ ਜ਼ਲੈਹਾ ਹੋਵੇ, ਜਾਂ ਜਨਾਬ ਸਾਡੇ ਤਮਾਮ ਵੱਡੇ ਸੂਫੀ ਸ਼ਾਇਰਾਂ ਦਾ ਕਲਾਮ ਹੋਵੇ, ਬੁੱਲੇ ਸ਼ਾਹ, ਸੁਲਤਾਨ ਬਾਹੂ, ਸ਼ਾਹ ਹੁਸੈਨ. ਇਹ ਮੈਂ ਬਹੁਤ ਛੋਟੀ ਉਮਰ ਵਿੱਚ, ਕਿਉਂਕਿ ਘਰ ਦੇ ਵਿੱਚ ਇਹ ਗੱਲਾਂ, ਇਹ ਸਾਰਾ ਕਲਾਮ ਪੜ੍ਹਿਆ ਅਤੇ ਸੁਣਿਆ ਜਾਂਦਾ ਸੀ, ਇਸ ਲਈ ਇੱਕ ਐਸਾ ਮਾਹੌਲ ਬਚਪਨ ਵਿੱਚ ਮਿਲਿਆ ਜਿਹਦੇ ਵਿੱਚ ਕੁਦਰਤ ਨੇ ਇੱਕ ਕਹਿ ਲਓ ਕਿ ਮੈਨੂੰ ਦੇਣੀ ਤੌਰ 'ਤੇ ਇੱਕ ਐਸਾ ਤਿਆਰ ਕਰਨਾ ਸੀ ਮੇਰਾ ਦੇਣ, ਅਤੇ ਮੈਨੂੰ ਕੋਈ ਕਾਵਿਸ਼ ਆਪਣੇ ਵੱਲੋਂ ਕੋਈ ਵੱਖਰਾ ਕਰਨ ਦੀ ਲੋੜ ਨਹੀਂ ਪਈ. ਕਹਿ ਲਓ ਕਿ ਮੈਂ ਪੰਜਾਬੀ ਦੇ ਮਾਹੌਲ ਵਿੱਚ ਹੀ ਜੰਮਿਆ ਭਲਿਆ, ਔਰ ਉਸ ਦੇ ਵਿੱਚ ਹੀ ਮੇਰੀ ਅੱਖ ਖੁੱਲ੍ਹੀ, ਔਰ ਆਲੇ ਦੁਆਲੇ ਇਹ ਕਿੱਸੇ, ਇਹ ਪੁਰਾਣੇ, ਇਹ ਸੂਫੀਆ ਦਾ ਕਲਾਮ, ਇਹ ਸਾਰੀਆਂ ਚੀਜ਼ਾਂ ਪੰਜਾਬੀ ਦੇ ਜਿਹੜੇ ਵੀ ਸਾਡੇ ਬਜ਼ੁਰਗ ਨੇ ਉਹ ਮੈਂ ਯਾਨੀ ਕਿ ਬਚਪਨ ਵਿੱਚ ਹੀ ਪੜ੍ਹੀਆਂ, ਔਰ ਬੜਾ ਸ਼ੌਕ ਸੀ. ਸਾਰੇ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਸਨ, ਔਰ ਸਾਡੇ ਕਿਉਂਕਿ ਕਰਾਨਾ ਸੀ ਐਸਾ ਜਿਹਦੇ ਵਿੱਚ ਸਾਰੇ ਹੀ ਯਾਨੀ ਪਿੰਡ ਦੇ ਲੋਕ ਇਕੱਠੇ ਹੁੰਦੇ ਸਨ, ਉੱਥੇ ਆ ਕੇ ਉਹ ਸੁਣਦੇ ਸਨ. ਅਤੇ ਇਸ ਤਰ੍ਹਾਂ ਇਹ ਪੰਜਾਬੀ ਦਾ ਇੱਕ ਮਾਹੌਲ ਜਿਹੜਾ ਉਹ ਬਣਿਆ. ਅਤੇ ਮੈਂ ਅੱਗੇ ਗੱਲ ਨੂੰ ਦੋਹਰਾਂਗਾ.